ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਐਮੀ ਵਿਰਕ ਇੱਕ ਅਜਿਹਾ ਪੰਜਾਬੀ ਸਿੰਗਰ ਤੇ ਐਕਟਰ ਜਿਸ ਦੀ ਹਾਲ ਹੀ ਦੇ ਵਿੱਚ ਮੂਵੀ ਰਿਲੀਜ਼ ਹੋਈ ਹੈ ਮੁਕਲਾਵਾ। ਐਮੀ ਵਿਰਕ ਦੀ ਕੱਲ ਇੱਕ ਇਨਫੋਰਮੇਸ਼ਨ ਸ਼ੇਅਰ ਹੋਈ ਸੀ ਕਿ ਐਮੀ ਵਿਰਕ ਫਿਲਮ 83 ਦੇ ਸ਼ੂਟ ਲਈ ਚਲੇ ਗਏ ਨੇ ਲੰਡਨ। ਉਸ ਤੋਂ ਬਾਅਦ ਐਮੀ ਵਿਰਕ ਨੇ ਅੱਜ ਉਸ ਫਿਲਮ ਦੇ ਲਈ ਇੱਕ ਹੋਰ ਨਵੀਂ ਅਪਡੇਟ ਸ਼ੇਅਰ ਕਰ ਦਿੱਤੀ ਹੈ। ਜੀ ਹਾਂ, ਐਮੀ ਵਿਰਕ ਨੇ ਦੱਸਿਆ ਕਿ ਉਹ ਫਿਲਮ 83 ਦੇ ਸ਼ੂਟ ਦੇ ਲਈ ਪਹੁੰਚ ਚੁੱਕੇ ਨੇ ਦ ਮੈਕਾ ਆਫ ਕ੍ਰਿਕਟ ਯਾਨੀ ਕਿ ਲਾਰਡਸ ਲੰਡਨ ਦੇ ਵਿੱਚ। ਇਸ ਬਾਰੇ ਚ ਇਨਫੋਰਮੇਸ਼ਨ ਐਮੀ ਵਿਰਕ ਨੇ ਆਪਣੇ ਸਨੈਪਚੈਟ ਦੇ ਉੱਤੇ ਇੱਕ ਵੀਡੀਓ ਨੂੰ ਪੋਸਟ ਕਰਕੇ ਦਿੱਤੀ ਹੈ। ਇਹ ਵੀਡੀਓ ਐਮੀ ਨੇ ਉਸ ਵੇਲੇ ਸ਼ੇਅਰ ਕੀਤੀ ਜਦੋਂ ਉਹ ਲਾਰਡਸ ਲੰਡਨ ਪਹੁੰਚੇ। ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਐਮੀ ਵਿਰਕ ਦੇ ਨਾਲ ਐਕਟ ਕਰ ਰਹੇ ਸਾਕਿਬ ਸਲੀਮ। ਆਓ ਮਾਰੀਏ ਨਜ਼ਰ ਇਸ ਵੀਡੀਓ ਦੇ ਉੱਤੇ। ਯੇ ਖੁਸ਼ ਤਾਂ ਬਹੁਤ ਹੋ ਗਏ ਤੁਮ? ਬਹੁਤ ਜ਼ਿਆਦਾ ਭਾਜੀ, ਮਾਈ ਗੋਡ, ਮੇਰੀ ਮਾਂ ਵੀ ਬਹੁਤ ਖੁਸ਼ ਹੈ। ਆਏ ਆਏ, ਕਿੱਡਾ ਚਾਹ ਸੀ ਇਹ ਬੰਦਾ ਵੀ ਕ੍ਰਿਕਟਰ ਬਣਨਾ ਚਾਹੁੰਦਾ ਸੀ ਸ਼ੁਰੂ ਤੋਂ। ਖੈਰ ਅਸੀਂ ਸਾਰੇ ਬੰਨਾ ਚਾਹੁੰਦੇ ਹੁੰਦੇ ਆ ਇੰਡੀਆ ਦੇ ਵਿੱਚ, ਬਟ ਨੇ ਪ੍ਰੈਕਟਿਸ ਵੀ ਬਹੁਤ ਕੀਤੀ। ਬੰਨ ਤੋਂ ਗਏ ਅਬ 83 ਬਣ ਤੋਂ ਗਏ ਬ੍ਰਦਰ, ਜੀਤਨੇ ਆਏ ਭਾਜੀ। ਯੈਸ 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 ਸਾਹਿਲ ਫਰਫ ਬ੍ਰਦਰ ਲਾਰਡ। ਸੋ ਕਿੰਨੀ ਗੁੜੀ ਕਿ ਤੁਹਾਨੂੰ ਐਮੀ ਵਿਰਕ ਨੂੰ ਫਿਲਮ 83 ਦੇ ਵਿੱਚ ਦੇਖਣ ਦੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਤੇ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ। ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਵਰ YouTube ਚੈਨਲ ਸਵੇਰਾ ਸਟਾਰ ਟਾਕਸ।